बिलासपुर अमृतसर नेशनल हाईवे पर सोहल गांव के नजदीक सनी देओल की गाड़ियां एक दूसरे के वाहन से टकराई। इसी के साथ सनी की गाड़ी समेत अन्य तीन गाड़ियों का हुआ नुकसान। सनी की गाड़ी रॉन्ग साइड आ रही गाड़ी से टकराई, जिससे सनी की गाड़ी का अगला टायर फटा और इसी के साथ ही बाकी पीछे आ रही गाड़ियां भी आपस में टकराई। इसमें गनीमत यह रही कि किसी का भी कोई जानी नुकसान नहीं हुआ और बाल बाल सनी बच गए। ਜਿਹੜਾ ਹੋਇਆ ਅਸੀਂ ਬਟਾਲੇ ਤੋਂ ਥੋੜਾ ਜਿਹਾ ਪਿੱਛੇ ਸੀ ਤੇ ਇੱਕ ਬਜ਼ੁਰਗ ਸੈਂਟਰੋ ਕਾਰ ਚਲਾ ਰਹੇ ਸੀ, ਉਹਨਾਂ ਨੇ ਇੱਕਦਮ ਮੋੜਤੀ, ਅੱਗੇ ਇੱਕ ਹੋਰ ਕਾਰ ਸੀ ਉਹ ਕਾਰ ਵੀ ਉਹਨੇ ਵੱਟ ਲਈ ਤੇ ਇਧਰੋਂ ਪਿੱਛੋਂ ਅਸੀਂ ਆ ਰਹੇ ਸੀ ਤੇ ਉਹ ਬਜ਼ੁਰਗ ਨੂੰ ਬਚਾਉਂਦੇ ਬਚਾਉਂਦੇ ਅਸੀਂ ਉਹ ਰੋਂਗ ਸਾਈਡ ਤੋਂ ਸੀਗੇ ਬਜ਼ੁਰਗ ਤੇ ਅਸੀਂ ਗਾਂ ਡਿਵਾਈਡਰ ਤੇ ਚੜਾਤੀ ਕਾਰ ਤੇ ਉਸ ਚ ਟਾਇਰ ਦਾ ਕਾਰ ਆਈ ਮੀਨ ਸਾਡੇ ਕਾਰ ਦਾ ਟਾਇਰ ਫਟ ਗਿਆ ਤੇ ਬਚਾਅ ਹੋ ਗਿਆ, ਰੱਬ ਨੇ ਹੱਥ ਰੱਖ ਕੇ ਹੀ ਬਚਾ ਲਿਆ ਕਿਉਂਕਿ ਪਿੱਛੋਂ ਇੱਕ ਹੋਰ ਕਾਰ ਆ ਕੇ ਵੱਜੀ ਫਿਰ ਹੋਰ ਕਾਰ ਆ ਕੇ ਵੱਜੀ ਪਰ ਰੱਬ ਨੇ ਜਮਾਂ ਹੀ ਬਚਾ ਲਿਆ ਜੀ, ਆਪਦਾ ਹੱਥ ਰੱਖ ਕੇ ਬਚਾ ਲਿਆ ਜੀ, ਤਾਂ ਬਸ ਬਚਾਅ ਹੋ ਗਿਆ ਜੀ, ਇੰਨਾ ਹੀ ਕਹਿ ਸਕਦੇ ਹਾਂ।